ਪੈਸਟਾ ਨੂੰ ਮੋਟਰਸਾਈਕਲ ਹੈ, ਰਾਜੂ ਦੀ ਕਬੱਡੀ ਪੈ ਰਹੀ ਹੈ। ਇਧਰ ਕਹਿੰਦੇ ਰਾਜੂ ਤੇ ਬੱਬੂ, ਬੱਬੂ ਤੇ ਰਾਜੂ, ਰਾਜੂ ਤੇ ਬੱਬੂ, ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਪ੍ਰਦੀਪ ਤੁਹਾਡਾ ਸਵਾਗਤ ਕਰਦਾ ਕਬੱਡੀ 365.com 'ਤੇ। ਜਿੰਨਾ ਜਿੰਨਾ ਮੇਰੇ ਵੀਰਾਂ ਨੇ ਸਾਡੇ ਯੂਟਿਊਬ 'ਤੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਨੂੰ ਬੇਨਤੀ ਹੈ ਕਿ ਇਸ ਲਾਲ ਬਟਨ 'ਤੇ ਕਲਿੱਕ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਾਲ ਆਉਣ ਵਾਲੇ ਘੰਟੀ ਦੇ ਬਟਨ 'ਤੇ ਵੀ ਕਲਿੱਕ ਜ਼ਰੂਰ ਕਰਨਾ ਤਾਂ ਕਿ ਅੱਗੇ ਆਉਣ ਵਾਲੀਆਂ ਸਾਰੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਆਓ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਬੈਸਟ ਮੈਚ। ਦੋਸਤੋ ਅੱਜ ਦਾ ਜਿਹੜਾ ਤੁਸੀਂ ਬੈਸਟ ਮੈਚ ਦੇਖਣਾ ਸ਼ੁਰੂ ਕਰ ਚੁੱਕੇ ਹੋ, ਇਹ ਬ੍ਰਹਮਪੁਰੀ ਨਵਾਂਸ਼ਹਿਰ ਦੇ ਕਬੱਡੀ ਟੂਰਨਾਮੈਂਟ ਦਾ। ਇੱਕ ਪਾਸੇ ਖੇਡ ਰਹੀ ਸੀ ਟੀਮ ਲੋਟਾਂ ਦੀ ਔਰ ਦੂਸਰੇ ਪਾਸੇ ਖੇਡ ਰਹੀ ਸੀ ਟੀਮ ਕਰੀਮਪੁਰ ਦੀ। ਇਹ ਦੋਨੋਂ ਬਹੁਤ ਹੀ ਵਧੀਆ ਟੀਮਾਂ ਬਣੀਆਂ ਹੋਈਆਂ ਸੀ। ਦੋਸਤੋ ਤੁਹਾਨੂੰ ਦੱਸ ਦਈਏ, ਕਰੀਮਪੁਰ 'ਚ ਖੇਡਣ ਵਾਲੇ ਖਿਡਾਰੀ ਸੀ ਨਿੰਦੀ ਬੇਨੜਾ, ਲੱਖਾ ਟੰਡੋਲੀ, ਮਨਦੀਪ ਬੇਨੜਾ, ਰਵੀ ਦਿਓਰਾ, ਜੱਗਾ ਘਣੀਵਾਲ ਅਤੇ ਕਾਜੂ ਰਣੀਕੇ ਖੇਡ ਰਹੇ ਸੀ। ਔਰ ਦੂਸਰੇ ਪਾਸੇ ਦੋਸਤੋ ਲੋਟਾਂ ਦੀ ਟੀਮ ਦੇ ਵਿੱਚ ਖੇਡਣ ਵਾਲੇ ਖਿਡਾਰੀ ਸੀ ਮਿੱਠੂ ਚੱਕ ਦੇਸ਼ਰਾਜ, ਸਿੱਪੀ ਖੀਰਾਂ ਵਾਲੀ, ਸ਼ਾਮੀ ਖੀਰਾਂ ਵਾਲੀ, ਰਾਜੂ ਸੁਨੇਰ, ਬੱਬੂ ਝਨੇੜੀ, ਜਤਿੰਦਰ ਭੈਣੀ ਬਾਗਾ ਅਤੇ ਇਸ ਤੋਂ ਇਲਾਵਾ ਜੀਤਾ ਜਨੇਰ ਖੇਡ ਰਹੇ ਸੀ। ਦੋਸਤੋ ਬਹੁਤ ਹੀ ਇੰਟਰਸਟਿੰਗ ਮੈਚ ਹੈ। ਤੁਹਾਨੂੰ ਦੱਸ ਦਈਏ ਕਿ ਮੈਚ ਦੀ ਜਿੱਤ ਹਾਰ ਸਿਰਫ ਅੱਧੇ ਪੁਆਇੰਟ 'ਤੇ ਹੁੰਦੀ ਹੈ। ਇਹ ਅਸੀਂ ਇੱਥੇ ਇੱਕ ਪੋਲ ਲਗਾਇਆ ਜਿੱਥੇ ਤੁਸੀਂ ਗੈਸ ਕਰਨਾ ਹੈ ਕਿ ਕਿਹੜੀ ਟੀਮ ਜਿੱਤ ਸਕਦੀ ਹੈ। ਦੇਖਾਂਗੇ ਤੁਹਾਡਾ ਗੈਸ ਠੀਕ ਹੁੰਦਾ ਜਾਂ ਨਹੀਂ। ਆਓ ਦੇਖੀਏ ਇਸ ਮੈਚ ਨੂੰ। ਕਿ ਹੋਣ ਲੱਗਾ ਮੈਚ ਜਿਹਨੂੰ ਸਾਨਾ ਵਾਲਾ ਭੇੜ ਕਹਿੰਦੇ, ਰੇਡਰਾਂ ਦੇ ਜਾਫੀਆਂ ਦਾ ਜਿਹਨੂੰ ਗੇੜ ਗੇੜ ਕਹਿੰਦੇ, ਕਿ ਗੁੱਟ ਫਰ ਟਾਈਗਰਾਂ ਨੇ ਕੈਂਚੀ ਜਦੋਂ ਲਾਉਣੀ ਹੈ, ਸੋਨੂੰ ਜੰਪ ਆਈਟਮਾਂ ਨੇ ਕੌਡੀ ਜਦੋਂ ਪਾਉਣੀ ਹੈ, ਸੋਨੂੰ ਆਈਟਮ ਚੀਤਿਆਂ ਨੇ ਕੌਡੀ ਜਦੋਂ ਪਾਉਣੀ ਹੈ। ਪਹਿਲੀ ਕਬੱਡੀ ਕੌਣ ਇਹਨੂੰ ਹਰਿਆਣੇ ਚੋਂ ਫੜ ਕੇ ਲਿਆਂਦਾ? ਇਹਦਾ ਦਿਓਰਾ ਪਿੰਡ ਹੈ ਤੇ ਕਹਿੰਦੇ ਰਵੀ ਨਾਮ ਹੈ ਮੇਰੇ ਮਿੱਤਰੋ, ਰਵੀ ਦਿਓਰੇ ਵਾਲਾ। ਕਬੱਡੀ ਪਾ ਰਿਹਾ ਇਸੀ ਵਾਲਿਆ, ਕਰਮੀ ਗੱਲ ਮੁੰਡੇ ਦੀ। ਦਿਓਰੇ ਵਾਲੇ ਦੀ ਪਈ ਸੀ ਰੇਡ ਬਿੱਟੂਪੁਰ ਹੀਰਾ ਪਿੰਡ ਦਾ, ਨਾਲ ਸਿੱਪੀ ਖੀਰਾ ਮਾਰਦਾ ਗੋਲੀ ਅਕਲਪੁਰੀਆ ਵੀ ਅਮਰੀਕ ਸਿਆ ਪੁੱਜਿਆ ਹੋਇਆ ਕਹਿੰਦੇ ਸਾਥੀ, ਨਾਲ ਭੁੰਡੀ ਮਲ ਭਰਾੜਕਾਂ ਦਾ ਆਏ ਬਿੱਟੂਪੁਰ ਹੀਰਾ ਪਿੰਡ ਦਾ। ਫੈਸਲਾ ਹੋ ਚੁੱਕਿਆ ਕਿ ਨੰਬਰ 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 ਰੇਡਰ ਦੇ ਜਾਫੀ ਦੇ ਵਾਸਤੇ ਜੁੜਦਾ ਹੋਇਆ ਪੁਆਇੰਟ ਜਾਫੀ ਦਾ ਅਮਰੀਕ ਕਰੂ ਗੱਲ ਸੁਣਾਓ। ਰਾਜੂ ਦੀ ਕਬੱਡੀ ਪੈ ਰਹੀ ਹੈ ਸੁਨੇਹਰਾ ਵਾਲੇ ਦੀ ਮੇਰੇ ਮਿੱਤਰੋ, ਸਾਹਮਣੇ ਚਾਰ ਜਾਫੀ ਨੇ ਟੰਡੋਲੀ ਵਾਲਿਆ। ਬੱਬੂ ਸੁੱਤੇ ਪਏ ਨੂੰ ਚੱਕ ਕੇ ਲਿਆਇਆ, ਲੱਖੇ ਨੂੰ ਕਹਿੰਦੇ ਬੱਬੂ ਸੁੱਤੇ ਪਏ ਨੂੰ ਚੱਕ ਕੇ ਲਿਆਇਆ। ਇਧਰ ਕਬੱਡੀ ਪੈ ਰਹੀ ਆ ਆ ਜਾਫੀ ਆ, ਨੌਜਵਾਨ ਕਹਿੰਦੇ ਧੂਰੇ ਨੇ ਕਬੱਡੀ ਕੱਪ ਦਾ ਗੱਡੀ ਦਾ ਜੇਤੂ ਹੈ, ਗੱਡੀ ਦਾ ਜੇਤੂ ਹੈ। ਲਓ ਕਹਿੰਦੇ ਸਾਹਮਣੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ। ਮਨਦੀਪ ਕਹਿੰਦੇ ਬੇਨੜੇ ਵਾਲਾ ਕਬੱਡੀ ਪਾ ਰਿਹਾ ਹੈ। ਉਧਰ ਚਾਰ ਜਾਫੀ ਪੱਟਾਂ ਦੇ ਥਾਪੀਆਂ ਮਾਰਦੇ ਆ, ਕੌਣ ਕਰਵਾਵੇਗਾ ਬੱਲੇ ਬੱਲੇ। ਟੀਮ ਕਹਿੰਦੇ ਆ ਵੀ ਸਿਰੇ ਵੀ ਉਹ ਪੱਖਰਾ ਸਵਾਦ ਕਬੱਡੀ ਦਾ। ਲਓ ਸਾਹਮਣੇ ਨੰਬਰ ਪੁਆਇੰਟ ਕਿਹਦਾ ਜੀ? ਰੈਫਰੀ ਸਾਹਿਬ ਪੁਆਇੰਟ ਰੇਡਰ ਦਾ ਸਾਡੇ ਵੀਰ ਅਸ਼ੋਕ ਬਾਠ ਵੱਲੋਂ 200 ਰੁਪਇਆ, ਹੁਣ 500 ਕਰ ਦੋ ਬਾਠ ਸਾਹਿਬ, ਹਰ ਇੱਕ ਜਫੇ ਦਾ 500 ਰੁਪਇਆ ਹੋਵੇਗਾ। ਚੂਨੇ ਵਾਲਾ ਵੀਰ ਚੂਨਾ ਪਾ ਦੇਵੇ ਕਿਰਪਾ ਕਰਕੇ, ਸਤਪਾਲ ਖੁਰਦਾ ਤੋਂ ਉਹਨੂੰ ਬੇਨਤੀ ਹੈ ਵੀ ਚੂਨੇ ਵਾਲਾ ਵੀਰ ਚੂਨਾ ਪਾ ਦੇਵੇ ਕਿਰਪਾ ਕਰਕੇ, ਥੋੜਾ ਥੋੜਾ ਪਾਉਣਾ ਹੈ। ਇੱਥੇ ਪੈ ਗਿਆ ਲਾਈਨ ਮੈਂ ਮੋਟੀ ਹੋ ਜਾਵੇ, ਉੱਥੇ ਜ਼ਿਆਦਾ ਪੈ ਜੇ ਤੇ ਬੁੱਲ ਵੱਢੇ ਜਾਂਦੇ ਆ। ਲਓ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਮੇਰੇ ਮਿੱਤਰੋ। ਲਓ ਸ਼ਾਮੀ ਖੀਰਾ ਮਾਰੀਆ ਕਬੱਡੀ ਪਾ ਰਿਹਾ, ਚਾਰ ਜਾਫੀ ਨੇ ਬੱਬੂ ਝਨੇੜੀ ਪਿੰਡ ਦਾ ਆ ਖੇਡੇਗਾ ਕਹਿੰਦੇ ਇੰਟਰਨੈਸ਼ਨਲ ਦੀ ਖੇਡ ਕਲੱਬ ਦੇ ਲਈ ਝਨੇੜੀ ਪਿੰਡ ਦਾ ਬੱਬੂ 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 ਬੱਬੂ। ਲਓ ਸਾਹਮਣੇ ਕਹਿੰਦੇ ਐਨ ਢਾ ਕੇ ਉੱਤੇ ਬਹਿ ਗਿਆ ਜਿਵੇਂ ਪੱਠਿਆਂ ਵਾਲੀ ਰੇੜੀ ਲੱਦ ਕੇ ਭਈਆ ਪੰਡ ਤੇ ਬਹਿੰਦਾ ਹੁੰਦਾ ਹੈ। ਲਓ ਜਤਿੰਦਰ ਦਾ ਕਹਿੰਦੇ ਭੈਣੀ ਬਾਗਾ ਪਿੰਡ ਹੈ, ਜਤਿੰਦਰ ਕਹਿੰਦੇ ਕਬੱਡੀ ਪਾ ਰਿਹਾ, ਚਾਰ ਜਾਫੀ ਹੈ ਜਿਹੜੀ ਸੜਕ ਕਹਿੰਦੇ ਬਠਿੰਡੇ ਤੇ ਮਾਨਸਾ ਨੂੰ ਜੋੜਦੀ ਹੈ ਨਾ, ਉਹ ਸੜਕ ਤੇ ਭੈਣੀ ਬਾਗਾ ਪਿੰਡ ਹੈ। ਲਓ ਕਹਿੰਦੇ ਬਿੱਟੂ ਨੇ ਖਿਡਾਰੀ ਐਂਡ ਕਹਿੰਦੇ ਕੋਨੇ ਕੋਨੇ ਚੋਂ ਕੱਢ ਲਿਆਉਂਦੇ ਆ। ਲਓ ਬਿੱਟੂ ਦੀ ਟੀਮ ਖੇਡਦੀ ਮੇਰੇ ਮਿੱਤਰੋ। ਇੱਧਰ ਕਹਿੰਦੇ ਕਬੱਡੀ ਪੈ ਰਹੀ ਹੈ, ਜਾਫੀ ਚਾਰ ਨੇ, ਸਿੱਪੀ ਕੀ ਖਿਆਲ ਹੈ? ਲਓ ਕੱਲਾ ਕਹਿ ਰਿਹਾ ਜੱਟ ਦੇਖ ਕੇ ਸਾਰੇ ਪਿੰਡ ਨੇ ਬੋਲਦਾ ਧਾਵਾ। ਲਓ ਮਨੀ ਥੋਪੀਏ ਵਾਲਾ ਕਹਿੰਦੇ ਟੌਂਸੇ ਦੇ ਕੱਪ ਤੇ ਚੌਧਰੀ ਗਰੁੱਪ ਆਸਟ੍ਰੇਲੀਆ ਨੇ ਇਸ ਨੌਜਵਾਨ ਨੂੰ ਬੁਲਟ ਮੋਟਰਸਾਈਕਲ ਦਿੱਤਾ, ਕਦੇ ਕਹਿੰਦੇ
ਮੇਰੇ ਵੀਰੇ ਬਿੰਦੂ ਨੂੰ ਮੋਟਰਸਾਈਕਲ ਦਿੱਤਾ ਕਹਿੰਦੇ ਭੋਜੇਵਾਲ ਦੇ ਕਬੱਡੀ ਕੱਪ ਤੇ ਚੌਧਰੀ ਗਰੁੱਪ ਆਸਟ੍ਰੇਲੀਆ ਨੇ ਕਹਿੰਦੇ ਲਾ ਮਨੀ ਥੋਪੀਏ ਪਿੰਡ ਦਾ ਰੇਡ ਪਾ ਰਿਹਾ ਬੱਬੂ ਝਨੇੜੀ 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 ਸੱਚੇ ਪਹਿਲਵਾਨ ਦਾ ਪੇਂਡੂ ਹੈ ਲੈ ਵੀ ਮਨੀ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਆਪਣੇ ਇਲਾਕੇ ਦਾ ਖਿਡਾਰੀ ਹੈ ਅਮਰੀਕ ਸਿੰਘ ਰਵੀ ਆ ਗਿਆ ਕਬੱਡੀ ਰਵੀ ਆ ਗਿਆ ਰਵੀ ਆ ਗਿਆ ਰਵੀ ਆ ਗਿਆ ਹਰਿਆਣੇ ਵਾਲਾ ਰੇਡ ਪਾਉਣ ਦੇ ਲਈ ਮੇਰੇ ਮਿੱਤਰੋ ਐਂਡ ਕਹਿੰਦੇ ਰਵੀ ਦੀ ਕਬੱਡੀ ਪੈ ਰਹੀ ਹੈ 1966 ਦੇ ਵਿੱਚ ਭਾਸ਼ਾ ਦੇ ਆਧਾਰ ਤੇ ਕਹਿੰਦੇ ਹਰਿਆਣਾ ਪੱਖ ਕਰ ਦਿੱਤਾ ਗਿਆ ਤੇ ਕਹਿੰਦੇ ਕੋਸ਼ਿਸ਼ ਆ ਹਿਮਾਚਲ ਵਾਲੇ ਲੈ ਗਏ ਪਰ ਆਹ ਵੇਖਾਂਗੇ ਰਵੀ ਦਿਓਰੇ ਵਾਲਾ ਕਹਿੰਦੇ ਇੱਕ ਤਕੜਾ ਨੰਬਰ ਜੋੜ ਗਿਆ ਹੈ ਜੀਤੇ ਦਾ ਕਹਿੰਦੇ ਜਨੇਰ ਪਿੰਡ ਹੈ ਤੇ ਜਨੇਰ ਪਿੰਡ ਪਹਿਲੇ ਸਮਿਆਂ 'ਚ ਰਾਜੇ ਜਨਕ ਦਾ ਸ਼ਹਿਰ ਹੋਇਆ ਕਰਦਾ ਸੀਗਾ ਉਹ ਕਿਸੇ ਕਾਰਨ ਸ਼ਹਿਰ ਉੱਜੜ ਗਿਆ ਸੀਗਾ ਤੇ ਉੱਧਰ ਦੇਖੋ ਬੱਬੂ ਦਾ ਕਰੀਆ ਪਿੰਡ ਹੈ ਇਹਨੇ ਬਿਰਲੇ ਭੱਜਣ ਦੇਣੇ ਹੈ ਇਹਨੇ ਬਿਰਲੇ ਭੱਜਣ ਦੇਣੇ ਹੈ ਉਹ ਕਹਿੰਦੇ ਇੱਧਰ ਖਾਨ ਹੈ ਜਲਾਲ ਵਾਲਾ ਵੀਰ ਸਾਡਾ ਉਹ ਪੇੜੇ ਵਾਲੇ ਦੀ ਕਬੱਡੀ ਪੈ ਰਹੀ ਹੈ ਉਹ ਪੁਰ ਹੀਰਾ ਵਾਲਿਆ ਉਹ ਤਿਆਰੀ ਫੜ ਪਹਿਲੀ ਰੇਡ ਦਾ ਹਿਸਾਬ ਕਿਤਾਬ ਰਹਿੰਦਾ ਹੈ ਪਹਿਲੀ ਰੇਡ ਦਾ ਹਿਸਾਬ ਕਿਤਾਬ ਇਹਦੇ ਨਾਲ ਰਹਿੰਦਾ ਹੈ ਮਨਦੀਪ ਦੀ ਕਬੱਡੀ ਪੈ ਰਹੀ ਹੈ ਉਹ ਪੱਲੇ 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 ਉਹ ਵੱਖਰਾ ਸਵਾਦ ਕਬੱਡੀ ਲਓ ਹੁਰ ਹੁਰ ਜੇ ਅੱਜ ਨਾ ਕਰਾਈ ਤਾਂ ਹੁਰ ਹੁਰ ਫਿਰ ਕਰਾਉਣੀ ਕਦੋਂ ਹੈ ਫਿਰ ਕਰਾਉਣੀ ਪੈਣੀ ਕਦੋਂ ਹੈ ਲਾ ਰਾਜੂ ਦੀ ਰੇਡ ਲੈ ਵੀ ਬੱਬੂਆ ਲਾਓ ਜਫਾ ਕ੍ਰਿਸ਼ੇ ਵਾਲਿਆ ਸਰਸੇ ਦੇ ਲਾਗੇ ਪੁੱਜਿਆ ਬਾਟ ਬੜੀ ਲੰਬੀ ਹੈ ਬੱਬੂ ਤੇ ਰਾਜੂ ਸਵਾਦ ਕਬੱਡੀ ਦਾ ਕੇ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰ ਹੈ ਸ਼ਫੈਦੇ ਵੀ ਸੋਚਾਂ 'ਚ ਪੈ ਗਏ ਵੀ ਇੰਨੇ ਕੁ ਥਾਂ 'ਚ ਕੀ ਹੋਈ ਜਾਂਦਾ ਹੈ ਇੰਨੇ ਕੁ ਥਾਂ 'ਚ ਕੀ ਹੋਈ ਜਾਂਦਾ ਹੈ ਉਹ ਕਹਿੰਦੇ ਜਤਿੰਦਰ ਦੀ ਕਬੱਡੀ ਪੈ ਰਹੀ ਹੈ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਕੀ ਕੋਈ ਕਹਿੰਦਾ ਮਾਨਸਾ ਜ਼ਿਲ੍ਹਾ ਹੈ ਕੋਈ ਕਹਿੰਦਾ ਬਠਿੰਡਾ ਜ਼ਿਲ੍ਹਾ ਹੈ ਪਰ ਇਹਦਾ ਪਿੰਡ ਭੈਣੀ ਬਾਘਾ ਹੈ ਤੇ ਮਿੱਠੂ ਨੇ ਧੱਕੇ ਮਾਰ ਕੇ ਬਾਹਰ ਕੱਢਿਆ ਜਿਵੇਂ ਖੰਡ ਪਾਠ ਵਾਲੇ ਘਰੋਂ ਸ਼ਰਾਬੀ ਕੱਢੀ ਦਾ ਉਹ ਕਹਿੰਦੇ ਐਨ ਗੱਲ ਟਿਕਾਣੇ ਲੱਗ ਗਈ ਹੈ ਇੱਧਰ ਚਾਰ ਨੇ ਉਹ ਬੇੜੇ ਵਾਲਿਆ ਉਹ ਤਿਆਰੀ ਫੜ ਲੈ ਬਿੱਟੂ ਬਾਈ ਦੀ ਇੱਜ਼ਤ ਦਾ ਸਵਾਲ ਹੈ ਬਿੱਟੂ ਬਾਈ ਦੀ ਇੱਜ਼ਤ ਦਾ ਸਵਾਲ ਹੈ ਇੱਧਰ ਕਹਿੰਦੇ ਕਬੱਡੀ ਪੈ ਰਹੀ ਹੈ ਉਹ ਟੰਡੋਲੀ ਵਾਲਿਆ ਇੱਕ ਪਾਸਾ ਕਰਨਾ ਪੈਣਾ ਸ਼ਾਮੀ ਕਹਿੰਦੇ ਵਾਪਸ ਆ ਗਿਆ ਰਵੀ ਕਹਿੰਦੇ ਕੈਨੇਡਾ ਵੀ ਖੇਡਿਆ ਤੇ ਚਰਚੇ ਕਹਿੰਦੇ ਅਮਰੀਕਾ ਦੇ ਵਿੱਚ ਵੀ ਹੋਏ ਆ ਜਿਹੜੇ ਕੈਨੇਡਾ ਖੇਡਦੇ ਡਾਲਰ ਮਿਲਦੇ ਆ ਜਿਹੜੇ ਇੰਗਲੈਂਡ ਖੇਡਦੇ ਪਾਉਂਡ ਮਿਲਦੇ ਆ ਜਿਹੜਾ ਯੂਰਪ ਖੇਡਦੇ ਉਹਨਾਂ ਨੂੰ ਯੂਰੋ ਮਿਲਦੇ ਆ ਜਿਹੜੇ ਦੁਬਈ ਖੇਡਦੇ ਦਰਾਮ ਮਿਲਦੇ ਆ ਜਿਹੜੇ ਮਲੇਸ਼ੀਆ ਖੇਡਦੇ ਰਿੰਗਟ ਮਿਲਦੇ ਆ ਜਿਹੜੇ ਮਨੀਲਾ ਖੇਡਦੇ ਪੀਸੋ ਮਿਲਦੇ ਆ ਤੇ ਜਿਹੜੇ ਚੂੜਪੁਰ ਖੇਡਦੇ ਉਹਨਾਂ ਨੂੰ ਰੁਪਈਏ ਮਿਲਦੇ ਆ ਲਓ ਦਿਓਰੇ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਹੁਣ ਚਾਰ ਜਾਫੀਆਂ ਵਿੱਚੋਂ ਖੀਰਾ ਵਾਲਿਆ ਸਿੱਪੀ ਲਓ ਵੇਖਦਾ ਵੀ ਪੁਆਇੰਟ ਜਿਹੜਾ ਰਵੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਮਨੀ ਥੋਪੀਏ ਪਿੰਡ ਦਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਲੱਖਾ ਢੰਡੋਲੀ ਪਿੰਡ ਦਾ ਬੱਬੂ ਝਨੇੜੀ ਦਾ ਨਿੰਦੀ ਬੇਲੜੇ ਦਾ ਕਾਜੂ ਰਣੀਕੇ ਦਾ ਮਾਲਵੇ ਦੇ ਚਾਰ ਰੇ ਇਹ ਆ ਕਹਿੰਦੇ ਬੱਬੂ ਬੱਬੂ ਪਰ ਮਣੀ ਕਹਿੰਦੇ ਐਨ ਗੱਲ ਪਹਿਲਾਂ ਆਖਿਆ ਸੀ ਵੀ ਤਾੜੀ ਕਹਿ ਕੇ ਮਰਾਈ ਤੇ ਕੀ ਮਰਾਈ ਉਹ ਤਾੜੀ ਕਹਿ ਕੇ ਮਰਾਈ ਤੇ ਕੀ ਮਰਾਈ ਇਹਦਾ ਕਹਿੰਦੇ ਘੜੀਵਾਲ ਪਿੰਡ ਹੈ ਇਹ ਕਹਿੰਦੇ ਜੱਗਾ ਘੜੀਵਾਲ ਪਿੰਡ ਦਾ ਮੇਰੇ ਮਿੱਤਰੋ ਇਹ ਕਿੱਥੋਂ ਆਇਆ ਇਹ ਪਟਿਆਲੇ ਤੋਂ ਆਇਆ ਹੈ ਇਹ ਪਟਿਆਲੇ ਤੋਂ ਆਇਆ ਹੈ ਉਹ ਕਹਿੰਦੇ ਘੜੀਵਾਲ ਪਿੰਡ ਦਾ ਜੱਗਾ ਕਬੱਡੀ ਪਾ ਰਿਹਾ ਹੈ ਕਿ ਮਰ ਜਾਣਾ ਮਾਨ ਵੀ ਖਿਡਾਰੀ ਕਹਿੰਦੇ ਵੱਡਾ ਸੀ ਬਾਗਾ ਵਾਲੇ ਸ਼ਹਿਰ ਪਟਿਆਲੇ ਜਿਹਦਾ ਅੱਡਾ ਸੀ ਉਧਰ ਬੋਰਡ ਡਿੱਗਦੇ ਫਿਰਦੇ ਆ ਵੀ ਮੇਲਾ ਸਿਰੇ ਦਾ ਬੋਰਡ ਡਿੱਗਦੇ ਫਿਰਦੇ ਆ ਇੱਧਰ ਕਹਿੰਦੇ ਕਬੱਡੀ ਜੀਤੇ ਦੀ ਪੈ ਰਹੀ ਹੈ ਇਹਦਾ ਕਹਿੰਦੇ ਜਨੇਰ ਪਿੰਡ ਆ ਤੇ ਐ ਤੂੰ ਕਹਿੰਦੇ ਖੇੜਾ ਛੁਡਾਉਣਾ ਇਹ ਤੇ ਉਹ ਗੱਲ ਆ ਵੀ ਸ਼ੇਰ ਦੀ ਪੂਛ ਨੂੰ ਹੱਥ ਲਾ ਕੇ ਭੱਜਣ ਵਾਲੀ ਗੱਲ ਹੈ ਹੱਥ ਲਾ ਕੇ ਭੱਜਣ ਵਾਲੀ ਗੱਲ ਹੈ ਉਹ ਜੀਰੋ ਜੀਰੋ ਸਵਾਲ ਆ ਰਿਹਾ ਰੋਲ ਪਾ ਲਓ
ਨਵਾਂ ਸ਼ਹਿਰ ਨੱਚੂ ਅੱਜ ਬਿਨਾਂ ਢੋਲ ਤੋਂ ਸਾਰਾ ਨਵਾਂ ਸ਼ਹਿਰ ਨੱਚੂ ਸ਼ਰਮਾ ਸਾਊਂਡ ਦਾ ਧੰਨਵਾਦ ਆ ਆਵਾਜ਼ ਕਹਿੰਦੇ ਗੜ ਸ਼ੰਕਰ ਦੀਆਂ ਗਲੀਆਂ ਦੇ ਵਿੱਚ ਅੱਜ ਥਾੜ ਥਾੜ ਵੱਜਦੀ ਹੈ ਇੱਧਰ ਕਹਿੰਦੇ ਜਤਿੰਦਰ ਵਾਪਸ ਆ ਗਿਆ ਰਾਜੂ ਕਹਿੰਦੇ ਸੁਨੇਰਾ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਰਾਜੂ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਚਾਰ ਗਿਆਸੀ ਪੱਟਾਂ ਦੇ ਥਾਪੀਆਂ ਮਾਰਦੇ ਆ ਕੌਣ ਕਰਵਾਵੇਗਾ ਪੱਲੇ ਬੱਲੇ ਕੌਣ ਜੋੜੂ ਪੁਆਇੰਟ ਆਪਣੀ ਟੀਮ ਦੇ ਲਈ ਆ ਕਹਿੰਦੇ ਨਿੰਦੀ ਆ ਇਹਦਾ ਬੇਰੜਾ ਪਿੰਡ ਆ ਇਹਦੇ ਪਿੰਡ 13 ਤਰੀਕ ਨੂੰ ਸੁਨੰਦਾ ਸ਼ਰਮਾ ਲੱਗਣੀ ਹੈ ਇਹ ਕਹਿੰਦੇ ਬੇਨੜੇ ਵਾਲਾ ਨਿੰਦੀ ਹੈ ਕਿ ਕੱਟਦੇ ਨੀ ਦਿਨ ਲਾਰੇ ਜ਼ਿੰਦਗੀ ਨੂੰ ਲਾ ਕੇ ਇਹ ਤਾਂ ਪਰਥਾ ਬਣਾਉਂਦੇ ਹੱਥ ਪਲਦੀ ਚ ਪਾ ਕੇ ਇਹ ਤਾਂ ਪਰਥਾ ਬਣਾਉਂਦੇ ਹੱਥ ਪਲਦੀ ਚ ਪਾ ਕੇ ਲਓ ਰਵੀ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਈਸੀ ਵਾਲੇ ਕਰਵੀ ਗੱਲ ਮੁੰਡੇ ਦੀ ਲਓ ਰਵੀ ਕਬੱਡੀ ਪਾ ਰਿਹਾ ਕਾਲਾ ਲੋਟਾ ਵਾਲਾ ਕਹਿੰਦੇ ਅਮਰੀਕਾ ਤੋਂ ਪੁੱਜਿਆ ਹੋਇਆ ਕਹਿੰਦਾ ਹਰ ਇੱਕ ਜਫੇ ਦਾ 200 ਰੁਪਇਆ ਦੇਵਾਂਗੇ ਲੈ ਵੀ ਭੁੰਡੀਆ 200 ਦਾ ਨੋਟ ਕਾਲੇ ਨੇ ਨਵੇਂ ਲਿਆਂਦੇ ਆ ਕਿਉਂਕਿ ਜੇ ਪਹਿਲਾਂ ਮੋਦੀ ਨੂੰ ਪੁੱਛਿਆ ਵੀ 200 ਕਿਉਂ ਕੱਢਿਆ ਕਹਿੰਦਾ ਜੇ 100 ਸ਼ਗਨ ਪਾਉਣੇ ਆ ਸ਼ਰਮ ਆਉਂਦੀ ਹੈ ਜੇ 500 ਪਾਉਣੇ ਮੌਤ ਪੈਂਦੀ ਹੈ ਤਾਂ 200 ਕੱਢਿਆ ਤੇ ਉਹ 200 ਦਿੱਤੇ ਜਾਣਗੇ ਪਰ ਜਫੇ ਦੇ ਹਿਸਾਬ ਦੇ ਨਾਲ ਲਓ ਸ਼ਾਮੀ ਖੀਰਾ ਨਾਲ ਪਿੰਡ ਦਾ ਕਬੱਡੀ ਪਾ ਰਿਹਾ ਤੇ ਬੱਬੂ ਤੇ ਸ਼ਾਮੀ ਵਾਪਸ ਇੰਗਲੈਂਡ ਦੇ ਵਿੱਚ ਹੀ ਤਗੜਾ ਖੇਡਿਆ ਕਹਿੰਦੇ ਖੀਰਾਂ ਵਾਲੀਆ ਸਾਮੀ ਮਨਦੀਪ ਦੀ ਰੇੜ ਤੇ ਰੌਲਾ ਰੱਪਾ ਪੈ ਰਿਹਾ ਮੇਰੇ ਮਿੱਤਰੋ ਅਸ਼ੋਕ ਠੇਕੇਦਾਰ ਉਹਨਾਂ ਨੇ 200 ਅਨਾਊਂਸ ਕੀਤਾ ਸੀਗਾ ਮੈਂ 500 ਕਰਾਵਾ ਹੁਣ ਕਹਿੰਦੇ ਅਮਰੀਕ 1100 ਦੇਵਾਂਗੇ ਅਸ਼ੋਕ ਪਾਠ ਜੀ ਉਹਨਾਂ ਵੱਲੋਂ ਕਹਿੰਦੇ 1100 ਦਿੱਤਾ ਜਾਣਾ ਪਰ ਜੱਸੇ ਦਾ ਉਧਰ 0009 ਨੰਬਰ ਗੱਡੀ ਉਹਦਾ ਡਰਾਈਵਰ ਮੱਖਣ ਉਹ ਗੱਡੀ ਕੋਲੇ ਚਲਾ ਜਾਵੇ ਲਓ ਮਨੀ 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 ਦੀ ਬੜੀ ਲੋੜ ਆ ਕਹਿੰਦੇ ਅਮਰੀਕ ਸਿਆ ਪਰ ਮਨੀ ਨਾਮ ਹੈ ਇਸ ਖਿਡਾਰੀ ਦਾ ਲੱਖਿਆ ਘਰ ਵੇ ਸਾਹ ਬਰਾਬਰ ਇੱਕ ਪਾਸੇ ਬੱਬੂ ਕਾਜੂ ਲੱਖਾ ਤੇ ਮਨੀ ਆਓ ਭੰਗੜੇ ਪੈ ਗਏ ਐਂ ਕਹਿੰਦੇ ਉੱਡ ਜਾ ਮੋਰਨੀਏ ਤੇਰੇ ਮਗਰ ਬੰਦੂਕਾਂ ਵਾਲੇ ਪਰ ਅੱਜ ਗੱਲਾਂ ਹੋਰ ਹੈ ਕਿ ਉੱਡ ਜਾ ਮੋਰਨੀਏ ਤੇਰੇ ਮਗਰ ਥੱਪੜਿਆਂ ਵਾਲੇ ਇਧਰ ਕਹਿੰਦੇ ਕਬੱਡੀ ਪੈ ਗਈ ਹੈ ਜਤਿੰਦਰ ਕਹਿੰਦੇ ਕਬੱਡੀ ਪਾ ਰਿਹਾ ਅਰੁਣ ਹੁਣ ਟੈਨਸ਼ਨ ਲਾ ਦੇ ਮੇਲਾ ਤੇਰਾ ਸਫਲ ਹੋ ਗਿਆ ਲਾਡਾ ਹੂਟਰ ਵਾਲਾ ਕਹਿੰਦਾ ਨਾ ਅਰੁਣ ਤੜਕੇ 4 ਵਜੇ ਤੁਰਿਆ ਫਿਰਦਾ ਸੀਗਾ ਐਂ ਕਹਿੰਦੇ ਪਰਮਾਤਮਾ ਦੀ ਕਿਰਪਾ ਹੈ ਤੇ ਮੇਲਾ ਰਾਜੂ ਬਾਈ ਮੇਲਾ ਸਿਰੇ ਦਾ ਹੋ ਗਿਆ ਮੇਲਾ ਸਿਰੇ ਦਾ ਹੋ ਗਿਆ ਇਧਰ ਕਹਿੰਦੇ ਜਤਿੰਦਰ ਤੇ ਉਧਰ ਕਹਿੰਦੇ ਮਿੱਠੂ ਮਿੱਠੂ ਤੇ ਜਤਿੰਦਰ ਜਤਿੰਦਰ ਦੇ ਮਿੱਠੂ ਉਹ ਪੱਲੇ 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 ਮੁੱਖ ਮੋੜ ਲਿਆ ਮੋਹ ਤੋੜ ਲਿਆ ਸਾਨੂੰ ਛੱਡ ਅਲੜੇ ਬੇਕਦਰੇ ਗੈਰਾਂ ਨਾਲ ਨਾਤਾ ਜੋੜ ਲਿਆ ਹੁਣ ਤੇਰੀ ਜਿੱਦ ਨਾਲ ਦੇਖੀ ਅਸੀਂ ਕੀ ਕੰਡੇ ਕੱਢਾਂਗੇ ਤੂੰ ਜੋ ਵੀ ਕਰਨਾ ਕਰ ਲੈ ਬੰਜ ਬਰਾਬਰ ਕੱਢਾਂਗੇ ਬੰਜ ਬਰਾਬਰ ਕੱਢਾਂਗੇ ਲਾਭ ਖੀਰੇ ਨੇ ਗੱਲ ਕੀਤੀ ਅਮਰੀਕ ਸਿਆ ਲੜਕਾਰੇ ਵੱਜਦੇ ਆ ਲੈ ਰਵੀ ਕਬੱਡੀ ਪਾ ਕੇ ਪੁਆਇੰਟ ਉਂਗਲ ਖੜੀ ਹੈ ਉਂਗਲ ਖੜੀ ਹੈ ਤੇ ਪਰ ਮੈਚ ਹਾਫ ਹਾਫ ਹੈ ਜੀ ਥੋੜਾ ਦੇਖ ਲਿਓ ਬਚ ਕੇ ਮੋੜ ਤੂੰ ਮੈਚ ਚੋਟੀ ਦਾ ਮੈਚ ਐਂ ਫਸ ਗਿਆ ਮੇਰੇ ਮਿੱਤਰੋ ਕਰੀਮਪੁਰ ਦੇ 12 ਪੁਆਇੰਟ ਹੈ ਤੇ ਲੋਟਾ ਦੀ ਟੀਮ ਦੇ ਸਾਢੇ 13 ਭੰਗੜੇ ਪੈ ਗਏ ਉਹ ਪਾਈ ਜੇ ਸਵਾਦ ਆਇਆ ਮੜਾ ਜਾ ਰੌਲਾ ਰੱਪਾ ਜਾ ਪਾ ਦੋ ਡਾਕਟਰ ਵੀ ਕਹਿੰਦੇ ਹੁਣ ਪਕੌੜੇ ਖਾਣ ਲੱਗਿਆ ਕਹਿੰਦਾ ਜਦੀ ਭੁੱਖੇ ਨਹੀਂ ਲੱਗੀ ਪਤਾ ਨਹੀਂ ਕੀ ਹੋ ਗਿਆ ਹੁਣ ਕਹਿੰਦਾ ਸਵਾਦ ਆਇਆ ਤੇ ਢਿੱਡ ਚ ਵੀ ਖੋਰ ਹੀ ਪਈ ਹੈ ਪਕੌੜੇ ਹੁਣ ਸਵਾਦ ਲੱਗਦੇ ਆ
ਰਾਜੂ ਖੁਰਦਾ ਵਾਲਾ ਵੀਰ ਹੈ ਸਾਡਾ ਜਸਪਾਲ ਵੀਰ ਹੋਣੀ ਡਾਕਟਰ ਸਾਹਿਬ ਸਾਡੇ ਗੱਲਾਂ ਕਹਿੰਦੇ ਗਿਆ ਹੀ ਨੇ ਬੈਸਟਾਂ ਦੇ ਲਈ ਕਹਿੰਦੇ ਮੋਟਰਸਾਈਕਲ ਦਿੱਤੇ ਜਾਣੇ ਆ ਰਾਜੂ ਪਾਖਰ ਕਹੋ ਡਾਕਟਰ ਸਾਹਿਬ ਕਹਿੰਦੇ ਅਰੁਣ ਚੌਧਰੀ ਕਹਿੰਦਾ ਵੀ ਮੇਲਾ ਐਨ ਚੌਧਰੀ ਸਾਹਿਬ ਅੱਤ ਹੋ ਗਈ ਹੈ ਬਈ ਜਿਹਨੂੰ ਜਿਹਨੂੰ ਬਾਕੀ ਮੇਲਾ ਵਧੀਆ ਲੱਗਿਆ ਇੱਕ ਤਾਰਾ ਮਾਰ ਦੋ ਹੁਣ ਤਾਰੀਆਂ ਨੀ ਅਮਰੀਕ ਦੇ ਕਹਿਣ ਵਾਂਗੂ ਤਾਰੇ ਹੀ ਵੱਜੂ ਹੁਣ ਤਾੜੀ ਘੱਟ ਵੱਜੀ ਹੈ ਬਾਈ ਉਹਨੂੰ ਸੌ ਲੱਗੇ ਉਹ ਉਹ ਤਾੜੀ ਮਾਰਨਗੇ ਜਿਨ੍ਹਾਂ ਕੋਲੇ ਜੀਓ ਚੱਲਦਾ ਇੱਥੇ ਰੇਂਜ ਹੈ ਨੀ ਜੀਓ ਦੀ ਬਾਈ ਕਹਿੰਦਾ ਹੈਗੀ ਹੈ ਮੋਦੀ ਨੇ ਵਕਤ ਪਾਇਆ ਤੇ ਜੀਓ ਦੀਆਂ ਚੀਕਾਂ ਨਿਕਲ ਗਈਆਂ ਲਓ ਰਾਜੂ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਬੱਬੂ ਕਹਿੰਦੇ ਝਨੇੜੀ ਵਾਲਾ ਹੈ ਨਾਲ ਕਹਿੰਦੇ ਬੇਰੜੇ ਵਾਲੇ ਦੇ ਚਰਚੇ ਲਓ ਵਿੱਕੀ ਗੌਰਵ ਜੀ ਕਰੀਮਪੁਰ ਤੋਂ ਪੁੱਜਿਆ ਉਹਨਾਂ ਦਾ ਪਹੁੰਚਣ ਤੇ ਅਸੀਂ ਧੰਨਵਾਦ ਕਰਦੇ ਹਾਂ ਪੁਆਇੰਟ ਕਿਹਦਾ ਜੀ ਪੁਆਇੰਟ ਦੱਸੋ ਕਹਿੰਦੇ ਸਾਡਾ ਚੇਂਜ ਹੋ ਗਿਆ ਕਰੀਮਪੁਰਾ ਸੱਜੇ ਹੱਥ ਆ ਗਈ ਆ ਦੂਸਰੇ ਪਾਸੇ ਕਹਿੰਦੇ ਟੀਮ ਕਹਿੰਦੇ ਨੰਬਰ ਮਿਲ ਗਿਆ 21 ਸਪੋਰਟਰ ਹੋਣਾ ਚਾਹੀਦਾ ਪ੍ਰਬੰਧਕ ਵੀਰ ਕਹਿ ਰਹੇ ਆ ਵੀ ਜ਼ਿਆਦਾ ਰਸ਼ ਨਹੀਂ ਕਰਨਾ ਗਰਾਊਂਡ 'ਚ ਬਹਿ ਜਾਓ ਮੇਰੇ ਵੀਰ ਪ੍ਰਬੰਧਕ ਵੀਰ ਕਹਿੰਦੇ ਗਰਾਊਂਡ 'ਚ ਜ਼ਿਆਦਾ ਰਸ਼ ਨਹੀਂ ਕਰਨਾ ਮੇਰੀ ਬੇਨਤੀ ਆ ਪ੍ਰਬੰਧਕਾਂ ਵੱਲੋਂ ਜ਼ਿਆਦਾ ਰਸ਼ ਨਹੀਂ ਕਰਨਾ ਲਓ ਬੇਲੜੇ ਪਿੰਡ ਦਾ ਤੇ ਬਿੱਟੂ ਬਿੱਟੂਪੁਰ ਹੀਰਾ ਹੁਸ਼ਿਆਰ ਪੁਰੀਆ ਪੁਆਇੰਟ ਬੇਲੜੇ ਵਾਲਾ ਤੇ ਰੋਬ ਵਿੱਚ ਸੰਗਰੂਰੀਏ ਮੁੱਛ ਖੜੀ ਰੱਖਣ ਦੇ ਸ਼ੌਂਕੀ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ 1100 ਜਫੇ ਦਾ ਲੈ ਵੀ ਝਨੇੜੀ ਵਾਲਿਆ ਜੇ 1100 ਕਮਾਉਣਾ ਤਾਂ ਜੱਫਾ ਲਾ 500 ਦੇ ਦੋ ਨੋਟ ਨੇ ਬੇਲੇ ਵਾਲਿਆ ਇੱਕ ਨੋਟ 100 ਦਾ ਸ਼ਾਮੀ ਜਿਵੇਂ ਗਲੇਲ ਚ ਪਾ ਕੇ ਚਲਾਇਆ ਹੁੰਦਾ ਜੇ ਕਿਤੇ ਧੱਕਾ ਪਹਿਲਾਂ ਵੱਜ ਜਾਂਦਾ ਹੈ ਲੋਕੀ ਨੀ ਕਹਿੰਦੇ ਢੇਰੀ ਢਹਿ ਗਈ ਜਸਦੀਪ ਪਰਹਾਰ ਕੈਨੇਡਾ ਮੋਟਰਸਾਈਕਲ ਕਹਿੰਦੇ ਉਹਨਾਂ ਨੇ ਸਪੌਂਸਰ ਕੀਤਾ ਹੈ ਜਸਦੀਪ ਪਰਹਾਰ ਕੈਨੇਡਾ ਲਓ ਜਿੱਤੀ ਕਹਿੰਦੇ ਕਬੱਡੀ ਪੈ ਰਹੀ ਹੈ ਸ਼ਰਮਾ ਜੀ ਬੈਟਰੀ ਬੂਟਰੀ ਤਾਂ ਨਹੀਂ ਕਿਤੇ ਲਓ ਨੰਬਰ ਰੇਡਰ ਦਾ ਮਨੀ ਆ ਗਿਆ ਕਹਿੰਦੇ ਕਬੱਡੀ ਪਾਉਣ ਦੇ ਲਈ ਤੁਹਾਡੇ ਆਪਣੇ ਇਲਾਕੇ ਦਾ ਖਿਡਾਰੀ ਜਿਹਦੀ ਰੇਡ ਕਦੇ ਬੁਲੜ ਦਿੱਤਾ ਕਹਿੰਦੇ ਕੌਂਸੇ ਦੇ ਵਿੱਚ ਸਿਖਬਰ ਉਡੋ ਚੌਧਰੀ ਗਰੁੱਪ ਨੇ ਪਰ ਕਾਜੂ ਰਣੀ ਕਿਤੋਂ ਪੁੱਜਿਆ ਜਿੱਥੇ ਸ਼ਿਵਜੀ ਦਾ ਕਹਿੰਦੇ ਵੱਡਾ ਇਤਿਹਾਸਕ ਮੰਦਿਰ ਹੈ ਅਮਰੀਕ ਸਾਹਿਬ ਇਤਿਹਾਸਕ ਮੰਦਿਰ ਹੈ ਹੁਣ ਜੱਫਾ ਲਾ ਦਿੱਤਾ ਜੀ ਇਸ ਗੱਭਰੂ ਨੇ ਰਵੀ ਆ ਗਿਆ ਖੋਸੇ ਕੋਟਲੇ ਵਾਲਿਆ ਤੋਰ ਦੇਖੋ ਗੱਲ ਵੱਖਰੀ ਹੋਈ ਪਈ ਆ ਕਹਿੰਦਾ ਬੈਟਰੀ ਲੋ ਹੋ ਗਈ ਹੈ ਥੋੜਾ ਤੇਲ ਪਾਣੀ ਚੈੱਕ ਕਰ ਲੈ ਪਰ ਪਈ ਹੀ ਰੇਡ ਰਵੀ ਦੀ ਖੇਡ ਮੈਦਾਨ ਦੇ ਵਿੱਚ ਹੈਪੀ ਵੀ ਕਹਿੰਦੇ ਨੱਚਦਾ ਫਿਰਦਾ ਲਓ ਪਈ ਹੀ ਕਬੱਡੀ ਤੇ ਇੱਕ ਪਾਸੇ ਰਾਜੂ ਭਾਵੇਂ ਕਬੱਡੀ ਝਨੇੜੀ ਵਾਲਿਆ 1100 ਕਾਰੇ ਕਰਵਾ ਗਿਆ ਲੈ ਵੀ ਅਸ਼ੋਕ ਸ਼ਾਹ ਕੱਢ 500 ਦੇ 2 ਤੇ 100 ਕਹਿੰਦਾ 200 ਦੇ ਨਵੇਂ ਪੰਜ ਨੋਟ ਨੇ ਰਾਜੂ ਦਾ ਭੁੰਜੇ ਪੈਰ ਨਹੀਂ ਲੱਗਦਾ ਜੱਸੀ ਤੇ ਸੋਨੂ ਰੱਤੇ ਵਾਲੀ ਆ ਜੀ BSF ਤੋਂ ਵੀਰ ਹੈ ਸਾਡੇ ਉਹ ਕਿਰਪਾ ਕਰਕੇ ਰਾਜੂ ਖੁਰਦਾ ਨੂੰ ਮਿਲਣ ਸਟੇਜ ਦੇ ਸਾਹਮਣੇ ਰਾਜੂ ਖੁਰਦਾ ਨੂੰ ਮਿਲ ਲੈਣਗੇ ਬੇਲੜੇ ਵਾਲੇ ਵੀ ਕਬੱਡੀ ਪੈ ਰਹੀ ਹੈ ਦੇ ਸਾਹਮਣੇ ਇਧਰ ਗਗਨ ਵੀ ਆਇਆ ਸਾਡਾ ਵੀਰ ਵੱਡਾ ਧੰਨਵਾਦ ਹੈ ਕਿਤੇ ਬਾਉਂਸਰ ਦੀਆਂ ਗੱਲਾਂ ਕਹਿੰਦੇ ਚੱਲਦੀਆਂ ਹੈ ਅਗਲੀ ਰੇਡ ਪੈ ਰਹੀ ਹੈ ਇਸੀ ਵਾਲਿਆ ਕਰਵੀ ਗੱਲ ਮੁੰਡੇ ਦੀ ਲਓ ਮਨੀ ਆ ਗਿਆ ਥੋਪੀਏ ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਉਧਰ ਕਹਿੰਦੇ 1100 ਅਸ਼ੋਕ ਬਾਠ ਕਹਿੰਦਾ ਵੀ ਗੱਲਾਂ ਵੱਖਰੀਆਂ ਹੋਣਗੀਆਂ
ਮੱਥੇ ਤੇ ਹੱਥ ਮਾਰਿਆ ਰਵੀ ਦੀ ਕਬੱਡੀ ਪੈ ਰਹੀ ਹੈ ਐਣ ਕਹਿੰਦੇ ਧੁੱਪ ਪਈ ਹੋਈ ਹੈ ਉਹ ਰਵੀ ਕਹਿੰਦੇ ਦਿਓਰੇ ਵਾਲਾ ਰਵੀ ਕਹਿੰਦੇ ਹਰਿਆਣੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਉਹ ਪਈ ਕਬੱਡੀ ਚਰਚੇ ਦੁਨੀਆ ਦੇ ਵਿੱਚ ਨੇ ਦੇਖਾਂਗੇ ਸਾਹਮਣੇ ਕੌਣ ਕਰਵਾਵੇਗਾ ਬੱਲੇ ਬੱਲੇ ਲਓ ਪਈ ਹੀ ਰੇਡ ਤੇ ਬਿੱਟੂ ਪੁੱਤਰ ਸਰਦਾਰ ਮਹਾ ਸਿੰਘ ਜੀ ਰੌਲੀ ਸਾਹਿਬ ਬੜੀ ਪਿਆਰੀ ਸ਼ਖਸੀਅਤ ਹੈ ਉਹ ਵੀ ਆਪਣੇ ਦਰਮਿਆਨ ਆ ਗਏ ਹੈ 1100 ਦਿੱਤਾ ਜਾਵੇਗਾ 2100 ਬੇਲੇ ਪਾਲਿਆ 2100 ਮਿਲੂ ਪਰ ਡਬਲ ਟੱਚ ਸਾਰਾ ਟੱਬਰੇ ਪੈ ਗਿਆ 2100 ਨੂੰ ਦੇਖਦੇ ਅਮਰੀਕ ਸਿੰਘ ਸਾਹਮਣੇ 2100 ਇਹ ਪਰ ਕਹਿੰਦੇ ਅਗਲੀ ਕਬੱਡੀ ਜਤਿੰਦਰ ਪਾ ਰਿਹਾ ਲਾਈਟਾਂ ਵਾਲੇ ਵੀਰ ਲਾਈਟਾਂ ਚਾਲੂ ਕਰ ਦੇਣ ਲਾਈਟਾਂ ਵਾਲੇ ਵੀਰ ਘੱਟੋ ਘੱਟ 14 ਪੋਲ 14 ਚੌਕ 56 ਲਾਈਟਾਂ ਜਗਾ ਦੇਣ ਸਾਡੇ ਵੀਰ ਮੇਰੀ ਬੇਨਤੀ ਹੈ ਲਓ ਸਾਹਮਣੇ ਕਹਿੰਦੇ ਜਤਿੰਦਰ ਦੀ ਕਬੱਡੀ ਪੈ ਰਹੀ ਹੈ ਇੱਧਰ ਕਹਿੰਦੇ ਚਾਰ ਜਾਫੀ ਨੇ ਪੱਟਾਂ ਦੇ ਥਾਪੀਆਂ ਭੱਜ ਰਹੀਆਂ ਇੱਧਰ ਕਹਿੰਦੇ ਕੌਣ ਜਤਿੰਦਰ ਭੱਜ ਗਿਆ ਹੈ ਜਤਿੰਦਰ ਭੱਜ ਗਿਆ ਹੈ ਜਤਿੰਦਰ ਭੱਜ ਗਿਆ ਹੈ ਜਤਿੰਦਰ ਭੱਜ ਗਿਆ 3100 ਕਰ ਦਈਏ 3100 ਕਰ ਦਈਏ ਅਸ਼ੋਕ ਬਾਠ ਵੱਲੋਂ 3100 ਸੀਮਾ ਸਿੱਧੂ ਤੁੰਗਵਾਲੀ ਤੋਂ ਲਾਈਵ ਦੇਖ ਰਹੇ ਸਾਡੇ ਵੀਰ ਹੈ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਲਮ ਦਾ ਕਹਿੰਦੇ ਧਨੀ ਕਲਮਾਂ ਦਾ ਵਾਰਸ ਹੈ ਸੀਮਾ ਸਿੱਧੂ ਤੁੰਗਵਾਲੀ ਸਾਡਾ ਵੀਰ ਵੱਡਾ ਭਰਾ ਇੱਧਰ ਕਹਿੰਦੇ ਕਬੱਡੀ ਰਾਜੂ ਦੀ ਪੈ ਰਹੀ ਹੈ ਓਏ ਬੱਬੂ ਦੇਖ ਓਏ ਇਹਦੇ ਪਿੰਡ 'ਚ ਕਿਹੜਾ ਬਰੂਦ ਭਰਿਆ ਕਿ ਭੰਨ ਕੇ ਟਰੱਕ ਪੈ ਗਿਆ ਹੱਥਾਂ ਤੱਤੀਆਂ ਕਰਨ ਦਾ ਮਾਰਾ ਸਰਦਾਰ ਮਾਨ ਸਿੰਘ ਜੀ ਰੌੜੀ ਸਾਹਿਬ ਉਹ ਵੀ ਸਾਡੇ ਦਰਬਾਰ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਲਓ ਮਨਦੀਪ ਕਬੱਡੀ ਪਾ ਰਿਹਾ ਕਿ ਬੇਨੜਾ ਇਹ ਪਿੰਡ ਜੱਟ ਦਾ ਧਾਵੀ ਇਹ ਪੂਰਾ ਅੱਤ ਦਾ ਲਓ ਵੇਖਦਾ ਕਦੇ ਲੱਭੀ ਤੇ ਨਿੰਦੀ ਦੀ ਗੱਲ ਲਓ ਭੁੰਡੀ ਤੇ ਪੁਆਇੰਟ ਮਨਦੀਪ ਦੇ ਲਈ ਜੁੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਮਣੀ ਥੋਪੀਏ ਪਿੰਡ ਦਾ ਲੈਣਾ ਕਣਕ ਤੋਂ ਆਟਾ ਤਾਂ ਚੱਕੀ ਗੇੜ ਨਹੀਂ ਪੈਣੀ ਹੈ ਜੇ ਲੈਣਾ ਖੂਹ ਤੋਂ ਪਾਣੀ ਟਿੰਡ ਫੇਰ ਨਹੀਂ ਪੈਣੀ ਹੈ ਦੁੱਧ ਕਰ ਕਰਕੇ ਹੋ ਜਾਂਦੇ ਲਾਲ ਮਲਾਈਆਂ ਲੈਣ ਲਈ ਠਾਰਨਾ ਪੈਂਦਾ ਏ ਜੇ ਕੁਝ ਕਰਨਾ ਹੋਵੇ ਜ਼ਿੰਦਗੀ ਵਿੱਚ ਤਾਂ ਮਨ ਨੂੰ ਮਾਰਨਾ ਪੈਂਦਾ ਏ ਉਧਰ ਬਹੁਤ ਵੱਡਾ ਧੰਨਵਾਦ ਹੈ ਸਾਡੇ ਰਮਨ ਭਾਟੀਆ ਜੀ ਅਜੀਤ ਤੋਂ ਤੇ ਨਾਲ ਸਾਡੇ ਜਗਬਾਣੀ ਤੋਂ ਤਰਸੇਮ ਕਟਾਰੀਆ ਜੀ ਸਰਦਾਰ ਮਹਾ ਸਿੰਘ ਜੀ ਰੋੜੀ ਜਿਨ੍ਹਾਂ ਨੇ ਸਮਾਂ ਕੱਢਿਆ ਸਾਡੇ ਲਈ ਉਹਨਾਂ ਦੇ ਬੇਟਾ ਜੀ ਵੀ ਆਏ ਆ ਉਹਨਾਂ ਦੇ ਸਪੁੱਤਰ ਵੀ ਆਏ ਨੇ ਐਂ ਗੱਲਾਂ ਕਹਿੰਦੇ ਦੁਨੀਆਂ ਦੇ ਵਿੱਚ ਜਾਣਗੀਆਂ ਲੈ ਵੀ ਰਾਜੂ ਬਾਈ ਮੁਬਾਰਕ ਹੈ ਤੁਹਾਨੂੰ ਸਾਰੇ ਭਰਾਵਾਂ ਨੂੰ ਅਰੁਣ ਹੋਣਿਆਂ ਨੂੰ ਡਾਕਟਰ ਕੇਵਲ ਹੋਣਿਆਂ ਨੂੰ ਜਸਪਾਲ ਭਾਜੀ ਹੋਣਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਨੇ ਸਟੇਜ ਦੀਆਂ ਲਾਈਟਾਂ ਵੀ ਚਲਾ ਦਿਓ ਮੇਰੀ ਬੇਨਤੀ ਹੈ ਕਿੰਨਾ ਕਰ ਦੇ ਜੀ ਬਾਠ ਸਾਹਿਬ ਕਿੰਨਾ ਕਰ ਦਈਏ 5100 4100 ਕਰ ਦੋ ਜੀ ਆਓ ਹੈਪੀ ਭੰਗੜੇ ਪਾ ਰਿਹਾ ਕੈਨੇਡਾ ਤੋਂ ਆਇਆ ਕਹਿੰਦੇ ਅਮਰੀਕ ਸਾਹਿਬ ਬਿਨਾ ਢੋਲ ਤੋਂ ਭੰਗੜੇ 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 ਐਂ ਕਹਿੰਦੇ ਭੰਗੜੇ ਪੈਣਗੇ ਇੱਧਰ ਕਹਿੰਦੇ ਕਬੱਡੀ ਪੈ ਰਹੀ ਆ ਉਹ ਭੱਲੇ 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 ਪੁੱਤ ਜੱਟਾਂ ਦਾ ਬੜਾ ਹੀ ਟੁੱਟ ਪੈਣਾ ਪੁੱਠੇ ਪੰਗੇ ਲੈਣਾ ਮੈਨੂੰ ਕਹਿੰਦਾ ਰੂਪੀਏ ਆ ਜਾ ਕੌਡੀ ਬਾਡੀ ਖੇਡੀਏ ਆ ਜਾ ਕੌਡੀ ਬਾਡੀ ਖੇਡੀਏ ਤੇ ਆ ਕਹਿੰਦੇ ਸ਼ਾਮੀ ਇੰਗਲੈਂਡ ਦੇ ਵਿੱਚ ਵੀ ਖੇਡਿਆ ਖੀਰਾਂ ਵਾਲੀ ਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰਿਓ ਭਾਈ ਹੀ ਕਬੱਡੀ ਤੇ ਲੱਖਾਂ 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 ਕਹਿੰਦੇ ਧੁੰਮ ਪੈ ਗਈ ਮੇਰੇ ਮਿੱਤਰੋ ਹੈਪੀ ਨੇ ਥਾਪੀ ਦਿੱਤੀ ਹੈ ਜਿਵੇਂ ਸਿਆਣੀ ਬੁੜੀ ਮੱਝ ਚੋਕੇ ਦਿੰਦੀ ਹੈ ਲਓ ਕਬੱਡੀ ਪੈ ਗਈ ਮੇਰੇ ਮਿੱਤਰੋ ਲਓ ਰਵੀ ਕਹਿੰਦੇ ਰੇਡ ਪਾ ਰਿਹਾ ਇੱਧਰ ਸਾਡੇ ਭਰਾ ਖੁਸ਼ ਹੈ ਰੱਬ ਖੁਸ਼ ਹੈ ਐਣ ਕਹਿੰਦੇ ਗੱਲਾਂ ਚੱਲੀਆਂ ਮੇਰੇ ਮਿੱਤਰੋ ਰਵੀ ਦੀ ਕਬੱਡੀ ਪੈ ਰਹੀ ਹੈ ਜਾਫੀ ਚਾਰ ਰੇ ਲਓ ਮਿੱਠੂ ਤੇ ਰਵੀ
ਵੀ ਲਾ ਲਾ ਕੇ ਮਾਰਦਾ ਜਿਵੇਂ ਅੱਕਿਆ ਜਵਾਕ ਸਕੂਲੋਂ ਆ ਕੇ ਬੂਟ ਜਰਾਬਾ ਲਾ ਲਾ ਮਾਰਦਾ ਹੁੰਦਾ ਰਵੀ ਕਹਿੰਦੇ ਲਾ ਲਾ ਕੇ ਮਾਰਦਾ ਇੱਧਰ ਜਦੋਂ ਕੋਚਾਂ ਦਾ ਜ਼ੋਰ ਲੱਗਣ ਲੱਗ ਜੇ ਨਾ ਇਹਦਾ ਮਤਲਬ ਵੀ ਮੈਚ ਫਸਿਆ ਹੋਇਆ ਹੈ ਬਿੱਟੂ ਦਾ ਵੀ ਜ਼ੋਰ ਲੱਗਿਆ ਬਿੰਦੂ ਵੀ ਭੱਜਾ ਫਿਰਦਾ ਵੀ ਬੈਸਟਾਂ ਨੂੰ ਮੋਟਰਸਾਈਕਲ ਹੈ ਰਾਜੂ ਦੀ ਕਬੱਡੀ ਪੈ ਰਹੀ ਹੈ ਇੱਧਰ ਕਹਿੰਦੇ ਰਾਜੂ ਤੇ ਬੱਬੂ ਬੱਬੂ ਤੇ ਰਾਜੂ ਰਾਜੂ ਤੇ ਬੱਬੂ ਜਦੋਂ ਬੱਬੂ ਭੰਗੜਾ ਪੈ ਗਿਆ ਇੱਧਰ ਬਾਈ ਜੀਰੋ ਜੀਰੋ ਕਰੀਮਪੁਰ ਕਰੀਮਪੁਰ ਦੇ ਨੰਬਰ ਨੇ 23 ਤੇ ਲੋਟਾ ਦੇ ਨੰਬਰ ਨੇ 23 ਦੋਸਤੋ ਇਹ ਮੈਚ ਤੁਸੀਂ ਦੇਖ ਲਿਆ ਇਸ ਦੇ ਵਿੱਚ ਲੋਟਾਂ ਦੀ ਟੀਮ ਵਿਨਰ ਰਹੀ ਹੈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੈਚ ਸਾਡੇ ਯੂਟਿਊਬ ਚੈਨਲ 'ਤੇ ਅਵੇਲੇਬਲ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਸਾਡੇ ਯੂਟਿਊਬ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਨਾਲ ਵਾਲਿਆਂ ਨੇ ਘੰਟੀ ਦੇ ਬਟਨ 'ਤੇ ਵੀ ਕਲਿੱਕ ਜ਼ਰੂਰ ਕਰਨਾ ਤਾਂ ਕਿ ਅੱਗੇ ਵਾਲੀਆਂ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ